ਸੋ ਸਾਰੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਧੀਆ ਝਾੜ ਵਾਸਤੇ ਕਹਿੰਦਾ ਭਾਬਾ 24 ਤੋਂ 26 ਕਵੰਟਲ ਝਾੜ ਜਿਹੜਾ ਕਣਕਾਂ ਦਾ ਨਿਕਲੇ ਆਪਣੀ ਘਰਕ ਦੀ ਫਸਲ ਆਪਾਂ ਨੂੰ ਵਧੀਆ ਝਾੜ ਦੇ ਦੇ ਉਹਦੇ ਵਾਸਤੇ ਕਿੰਨੀਆਂ ਕੁ ਹੁੰਡੀਆਂ ਬੱਲੀ ਦੇ ਵਿੱਚ ਹੋਣੀਆਂ ਜ਼ਰੂਰੀ ਨੇ ਤੇ ਕਿੱਡੀ ਕਿ ਲੰਬਾਈ ਆ ਜਿਹੜੀ ਬੱਲੀ ਦੀ ਉਹ ਹੋਣੀ ਜ਼ਰੂਰੀ ਆ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਬੱਲੀਆਂ ਦੀ ਜਿਹੜੀ ਲੰਬਾਈ ਆ ਉਹ ਵੀ ਮੈਟਰ ਕਰਦੀ ਆ ਝਾੜ ਤੇ ਕਿਉਂਕਿ ਬਹੁਤ ਸਾਰੀਆਂ ਐ ਡੇੜੀਆਂ ਬੱਲੀਆਂ ਵੀ ਹੁੰਦੀਆਂ ਨੇ ਤੇ ਕਿਤੇ ਐ ਡੇ ਉਹਦਾ ਕੀ ਸਬੰਧ ਹੁੰਦਾ ਕੀ ਕਾਰਨ ਆ ਕੀ ਛੋਟੀਆਂ ਬੱਲੀਆਂ ਵਾਲੀ ਜਿਹੜੀ ਕਣਕ ਆ ਉਹਦਾ ਚੜ ਬਿਲਕੁਲ ਹੀ ਡਾਊਨ ਚਲਾ ਜਾਂਦਾ ਉਹਦੇ ਬਾਰੇ ਗੱਲਬਾਤ ਕਰਦੇ ਆ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦਾ ਬੈਲ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਉਹਦਾ ਉਹ ਤੁਹਾਨੂੰ ਮਿਲਦਾ ਰਹੇ ਸੋ ਜੇਕਰ ਗੱਲ ਕਰੀਏ ਕਿ ਸੰਨ ਵੀਰੇ ਮੇਰੇ ਹੱਥ ਦੇ ਵਿੱਚ ਹੁਣ ਤਿੰਨ ਬੱਲੀਆਂ ਨੇ ਜਿਹੜੀ ਤੁਸੀਂ ਪਹਿਲੀ ਬੱਲੀ ਦੇਖ ਰਹੇ ਹੋ ਇਹ ਬਿਲਕੁਲ ਬਹੁਤ ਵਧੀਆ ਲੰਬੀ ਬੱਲੀ ਆ ਦੇਖ ਸਕਦੇ ਤੁਸੀਂ ਸਕਰੀਨ ਦੇ ਉੱਪਰ ਤੇ ਦੂਸਰੇ ਨੰਬਰ ਤੇ ਆਹ ਵਾਲੀ ਬੱਲੀ ਆ ਜਿਹੜੀ ਨੂੰ ਕਿ ਆਪਾਂ ਮੀਡੀਅਮ ਟਾਈਪ ਦੀ ਬੱਲੀ ਕਹਿ ਸਕਦੇ ਆ ਮੀਡੀਅਮ ਲੰਬਾਈ ਵਾਲੀ ਬੱਲੀ ਕਹਿ ਸਕਦੇ ਤੇ ਇਸ ਬੱਲੀ ਦੀ ਲੈਂਥ ਆ ਜਿਹੜੀ ਇਹ ਬਿਲਕੁਲ ਹੀ ਛੋਟੀ ਆ ਇਹਨਾਂ ਦੇ ਮੁਕਾਬਲੇ ਇਹ ਕਿਤੇ ਵੀ ਨਹੀਂ ਖੜਦੀ ਪਰ ਕਈ ਵਾਰੀ ਕੀ ਹੁੰਦਾ ਦਾ ਲੰਬੀਆਂ ਬੱਲੀਆਂ ਵਾਲੀ ਕਣਕ ਦਾ ਝਾੜ ਘਟ ਜਾਂਦਾ ਤੇ ਛੋਟੀਆਂ ਵਾਲੀ ਵੱਧ ਦੇ ਜਾਂਦੀ ਹੈ ਉਹਦੇ ਕਈ ਕਾਰਨ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿਸਾਨ ਵੀਰੇ ਵੀਡੀਓ ਦੇ ਵਿੱਚ ਹਾਂਜੀ ਜੇਕਰ ਗੱਲਬਾਤ ਆਪਾਂ ਸ਼ੁਰੂ ਕਰੀਏ ਕਿਸਾਨ ਭਰਾ ਉਹ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ 187 DW 187 ਕਣਕ ਇਹਦੀਆਂ ਜਿਹੜੀਆਂ ਬੱਲੀਆਂ ਨੇ ਪੂਰੀਆਂ ਟੌਪ ਦੀਆਂ ਬੱਲੀਆਂ ਹੁੰਦੀਆਂ ਨੇ ਇਹ ਦੇਖ ਕੇ ਇਨ੍ਹਾਂ ਦਿਨਾਂ ਦੇ ਵਿੱਚ ਹਰ ਇੱਕ ਕਿਸਾਨ ਦਾ ਜਿਹੜਾ ਆਪਾਂ ਕਹਿੰਦੇ ਮਾਣ ਆਗਾ ਉਹ ਖੁਸ਼ ਹੋ ਜਾਂਦਾ ਕਾਰਨ ਕਿਉਂਕਿ ਬੱਲੀਆਂ ਬੜੀਆਂ ਵੱਡੀਆਂ ਦਿਖਾਈ ਦਿੰਦੀਆਂ ਨੇ ਬੱਲੀ ਹੈਵੀ ਦਿਖਾਈ ਦਿੰਦੀ ਆ ਭਾਰੀ ਬੱਲੀ ਹੁੰਦੀ ਆ ਤੇ ਲੰਮਾਈ ਵੀ ਸੁਖ ਨਾਲ ਵਧੀਆ ਹੁੰਦੀ ਆ ਫਿਰ ਝਾੜ ਦੇ ਵਿੱਚ ਇਹ ਐਵਰੇਜ ਰਹਿੰਦੀ ਆ ਐਵਰੇਜ ਕਹਿੰਦਾ ਆਪਾਂ ਇਹ 20 ਕਮਾਂਟਲ ਵੀ ਝਾੜ ਦੇ ਦਿੰਦੀ ਆ ਤੇ ਕਿਤੇ ਕਿਤੇ 26 ਕਮਾਂਟਲ ਤੇ ਵੀ ਗਈ ਆ ਕਹਿੰਦਾ ਆਪਾਂ ਵਿੱਚ ਵਿਚਾਲੇ ਜੇ 22 24 ਵੀ ਹੋ ਸਕਦਾ ਆ 26 ਕਮਾਂਟਲ ਨੂੰ ਆਪਾਂ ਟੌਪ ਦਾ ਝਾੜ ਕਹਿ ਸਕਦੇ ਆ ਤੇ वैसे तो ਕੁਸਕਬੀਰਾਂ ਦਾ 43 ਤੋਂ ਜ਼ਿਆਦਾ ਵੀ ਹੋ ਜਾਂਦਾ ਪਰ ਉਹ ਬਹੁਤ ਘੱਟ ਚਾਂਸ ਹੁੰਦੇ ਅਸਲ ਦੇ ਵਿੱਚ ਜਿਹੜਾ ਝਾੜ ਦਾ ਜਿਹੜਾ ਆਪਾਂ ਜੇਕਰ ਮਾਪਣ ਦੀ ਗੱਲਬਾਤ ਕਰੀਏ ਜੇਕਰ 24 ਕੁ ਕਮੰਟਲ ਝਾੜ ਨਿਕਲਦਾ ਤਾਂ ਉਹਨੂੰ ਆਪਾਂ ਵਧੀਆ ਝਾੜ ਐਵਰੇਜ ਝਾੜ ਆਪਾਂ ਮੰਨ ਸਕਦੇ ਹਾਂ ਕਿ 24 ਕੁ ਕਮੰਟਲ ਠੀਕ ਆ ਪਰ ਗੱਲ ਉਹੀ ਆ ਜਾਂਦੀ ਹੈ ਕਿ ਬੱਲੀਆਂ ਤੋਂ ਦੇਖ ਕੇ ਕਿਵੇਂ ਅੰਦਾਜ਼ਾ ਲਾ ਸਕਦੇ ਆਪਾਂ ਕਿਉਂਕਿ ਕੀ ਹੁੰਦਾ ਕਿਸਾਨ ਵੀਰੋ ਅਕਸਰ ਅਸਲ ਦੇ ਵਿੱਚ ਕੀ ਕਾਰਨ ਹੁੰਦੀ ਹੈ ਝਾੜ ਦੇ ਕਈ ਵਾਰੀ ਆਪਾਂ ਪਿਛਲੇ ਜੇ ਗੱਲਬਾਤ ਕੀਤੀ ਹੈ ਵੀਡੀਓ ਦੇ ਵਿੱਚ ਕਿ ਛੋਟੀਆਂ ਬੱਲੀਆਂ ਦਾ ਝਾੜ ਵੱਧ ਕਿਉਂ ਆ ਜਾਂ ਜਿਵੇਂ ਕਿ 2852 ਵੈਰਾਈਟੀ ਆ ਐਚਡੀ 2852 ਉਹਦੀਆਂ ਬੱਲੀਆਂ ਹਰ ਇੱਕ ਵੈਰਾਈਟੀ ਦੇ ਨਾਲੋਂ ਛੋਟੀਆਂ ਹੁੰਦੀਆਂ ਨੇ ਪਰ ਜਿਹੜਾ ਝਾੜ ਆ ਉਹਦਾ ਝਾੜ ਬਹੁਤ ਵਧੀਆ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਨਿਕਲਦਾ ਹਾਂਟ ਕਈ ਵਾਰੀ ਜੈਲੋ ਰਸਟ ਦੀ ਪ੍ਰੋਬਲਮ ਆ ਜੇ ਜਿਹੜੇ ਕਿਸਾਨ ਵੀਰਾਂ ਨੇ ਹੁਣ ਵੀ ਬੀਜੀ ਹੋਈ ਆ ਦੋਕ ਦਿਨ ਜ਼ਰੂਰ ਧਿਆਨ ਰੱਖਿਓ ਪਹਿਲਾਂ ਮੌਸਮ ਅੱਪ ਹੋਣ ਲੱਗਿਆ ਸੀ ਕਣ ਦਾ ਭਾਅ ਮੌਸਮ ਟੱਪ ਚੁੱਕਿਆ ਸੀਗਾ ਲਗਭਗ 24 25 ਕ 1224 ਕ ਟੈਂਪਰੇਚਰ ਰਹੇ ਤਾਂ ਫਿਰ ਸਰਵਾਈਵ ਕਰ ਪਾਉਂਦੀ ਆ ਜੈਲੂ ਰਾਸ਼ਟਰ ਨਹੀਂ ਕਿਤੇ ਜਿਹੜੀ ਪੀਲੀ ਕੁੰਗੀ ਹੈ ਇਹ ਕਿਤੇ ਅੱਗੇ ਵੱਧ ਨਹੀਂ ਫਿਰ ਹੁਣ 30 ਤੇ ਜਾ ਰਿਹਾ ਸੀ ਟੈਂਪਰੇਚਰ ਤੇ ਆ ਦੋ ਕੁ ਦਿਨ ਹੁਣ ਜਿਹੜਾ ਕੱਲ ਰਾਤ ਮੌਸਮ ਬਦਲਿਆ ਥੋੜਾ ਜਿਹਾ ਹਵਾ ਦੇ ਵਿੱਚ ਨਮੀ ਵੀ ਹੈਗੀ ਹੈ ਇਹਦੇ ਨਾਲ ਕਿਤੇ ਕਿਤੇ ਸਰਵਾਈਵ ਕਰ ਸਕਦੀ ਹੈ ਪੀਲੀ ਕੁੰਗੀ ਇਹ ਜ਼ਰੂਰ ਧਿਆਨ ਰੱਖੋ ਜਿਹੜੇ ਵੈਰਾਈਟੀਆਂ ਦੇ ਉੱਤੇ ਅਟੈਕ ਹੁੰਦਾ ਜ਼ਿਆਦਾ ਖਤਰਾ ਹੁੰਦਾ ਹੈਗਾ ਜ਼ਿਆਦਾ ਪ੍ਰਭਾਵਤ ਹੁੰਦੀਆਂ ਨੇ ਇਹ ਜ਼ਰੂਰ ਧਿਆਨ ਰੱਖਿਓ ਤਾਂ ਚਲੋ ਆਪਾਂ ਗੱਲਬਾਤ ਕਰਦੇ ਸੀਗੇ ਬਲੀਆਂ ਦੀ ਉਹਦੇ ਕਾਰਨ ਕੀ ਹੁੰਦਾ ਕਿ ਸਾਨੂੰ ਕੋਈ ਇੱਕ ਤਾਂ ਉਹਦਾ ਜਿਹੜਾ ਪ੍ਰਤੀ ਹਜ਼ਾਰ ਦਾਣੇ ਦਾ ਵੇਟ ਉਹ ਜ਼ਿਆਦਾ ਹੁੰਦਾ ਅੰਕਾਸ ਬਰੇਟੀਆਂ ਦੇ ਨਾਲ ਤੇ ਦੂਸਰਾ ਨੰਬਰ ਜਿਹੜੀ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਵੀਰੇ ਇਹ ਹੀ ਡੀਬੀਡਬਲ 187 ਵੈਰਾਈਟੀ ਨੂੰ ਤੁਸੀਂ 60 ਕਿਲੋ ਜਾਂ 55 ਕਿਲੋ ਬੀਜ ਪਾ ਕੇ ਬੀਜੋਗੇ ਤਾਂ ਇਹਦੀ ਬੱਲੀ ਛੋਟੀ ਰਹੂ ਜੇਕਰ ਸਿੱਧਾ ਬੀਜੋਗੇ ਤਾਂ 40 ਕਿਲੋ ਬੀਜ ਪਾਉਗੇ ਤਾਂ ਬੱਲੀ ਜਿਹੜੀ ਉਹ ਟੌਪ ਦੀ ਹੋਊਗੀ ਤੁਸੀਂ ਅਕਸਰ ਦੇਖਿਆ ਹੋਣਾ ਕਿ ਕੁਸਕ ਵੀਰ ਜਾਂ ਜਿਹੜੇ ਬੀਜ ਦਾ ਕੰਮ ਕਰਦੇ ਨੇ ਉਹਨਾਂ ਦਾ ਬੈਡਾਂ ਦੇ ਉੱਤੇ ਕਹਿੰਦਾ ਪਾ ਫੱਟੇ ਜੇ ਬਣਾ ਕੇ ਵਿਜਾਈ ਕੀਤੀ ਹੁੰਦੀ ਹੈ ਤਾਂ ਉਹਦੇ ਤੇ ਜ਼ਿਆਦਾ ਕਾਰਨ ਕੀ ਹੁੰਦਾ ਉਹਦਾ ਕਾਰਨ ਇਹ ਹੁੰਦਾ ਕਿ ਸਾਨੂੰ ਵੀਰੋ ਕਿ ਪਾਣੀ ਆ ਜਿਹੜਾ ਉਹ ਪ੍ਰੋਪਰ ਲੱਗਦਾ ਰਿਹਾ ਹੁੰਦਾ ਪਰ ਉਹਨੂੰ ਗਿੱਲ ਜੀ ਮਿਲ ਰਹੀ ਹੁੰਦੀ ਹੈ ਕਹਿੰਦਾ ਪਾਓ ਫਲੱਡ ਸਿੰਚਾਈ ਨਹੀਂ ਉੱਥੇ ਜ਼ਿਆਦਾ ਕਿਤੇ ਹੁੰਦੀ ਉਹਨਾਂ ਦੀਆਂ ਜੜਾਂ ਨੇ ਜਿਹੜੀਆਂ ਉਹਨਾਂ ਨੂੰ ਪਾਣੀ ਜ਼ਰੂਰ ਮਿਲਦਾ ਪਰ ਇੰਨਾ ਕਿ ਮਿਲਦਾ ਜਿੰਨਾ ਕਿ ਉਹਨਾਂ ਵਾਸਤੇ ਜ਼ਰੂਰੀ ਹੁੰਦਾ ਜਿਵੇਂ ਆਪਾਂ ਸਿੰਚਾਈ ਕਰਦੇ ਆਂ ਖੇਤਾਂ ਦੇ ਵਿੱਚ ਆਮ ਹਾਲਾਤਾਂ ਦੇ ਵਿੱਚ ਫਲੱਡ ਸਿੰਚਾਈ ਕਹਿੰਦੇ ਜਿਹਨੂੰ ਤਾਂ ਫਿਰ ਉੱਥੇ ਜਾ ਕੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਇਸੇ ਕਰਕੇ ਆਪਾਂ ਜਿਹੜੀ ਵੱਲੀਆਂ ਦੀ ਗੱਲਬਾਤ ਕਰ ਰਹੇ ਆਂ ਕਿਸਾਨ ਵੀਰੋ ਉਹਨਾਂ ਵੱਲੀਆਂ ਦਾ ਡਾਇਮੀਟਰ ਵੀ ਵੱਧ ਜਾਂਦਾ ਦੂਸਰੀ ਗੱਲ ਹੁੰ ਜਿਹੜੀਆਂ ਗੁੰਡੀਆਂ ਆਮ ਖਾਸ ਹਾਲਾਤਾਂ ਦੇ ਵਿੱਚ ਚਾਰਕ ਗੁੰਡੀਆਂ ਗੁੰਡੀ ਦੇ ਵਿੱਚ ਇੱਕ ਦੇ ਵਿੱਚ ਚਾਰਕ ਦਾਣੇ ਹੁੰਦੇ ਆ ਜਿਵੇਂ ਕਿ ਆਪਾਂ ਜਦੋਂ ਗਿੰਦੇ ਆਂਗੇ 18 ਤੋਂ ਲਾ ਕੇ 22 24 ਤੱਕ ਜਿਹੜੀਆਂ ਗੁੰਡੀਆਂ ਨੇ ਉਹ ਆਪਣੀਆਂ ਆਮ ਖਾਸ ਬਰਕੀਆਂ ਤੇ ਦੇਖਣ ਨੂੰ ਮਿਲਦੀਆਂ ਨੇਗੀਆਂ ਵੈਸੇ ਕਿਤੇ ਕਿਤੇ 28 26 ਇੱਥੇ ਤੱਕ ਵੀ ਵਗ ਜਾਂਦੀਆਂ ਨੇ ਪਰ ਆਮ ਖਾਸ ਐਵਰੇਜ ਤੁਹਾਡੀ ਇੱਥੇ ਜੇ ਰਹੂ ਪਰ ਇਹ ਵੀ ਦੇਖ ਕੇ ਬਬਲ ਭੂਸੇ ਦੇ ਵਿੱਚ ਨਾ ਪਾਇਆ ਜਾਣਾ ਕਿ ਜੇ ਕਿਤੇ ਆਪਣੀਆਂ 24 ਜਾਂ 26 ਗੁੰਡੀਆਂ ਨੇ ਤਾਂ ਉਹਦਾ ਝਾੜ ਜ਼ਿਆਦਾ ਕਿਤੇ ਨਿਕਲੇਊਗਾ ਉਹਦਾ ਜ਼ਿਆਦਾ ਨਹੀਂ ਨਿਕਲਦਾ ਕਿ ਸੰਭਿਰ ਉਹ ਤੁਹਾਡੇ ਬੀਜ ਤੇ ਡਿਪੈਂਡ ਕਰਦਾ ਇੱਕ ਤਾਂ ਕਿ ਬੀਜ ਕਿੰਨਾ ਕੁ ਪਾਇਆ ਦੂਸਰਾ ਨੰਬਰ ਕਿਤੇ ਕਿਤੇ ਤੁਸੀਂ ਨੋਟ ਕੀਤਾ ਉਹਨਾਂ ਕਲਿੱਪ ਵੀ ਲਾ ਦਿੰਦੇ ਨਾਲ ਜੇ ਕਿਪਟਾਂ ਦੇ ਲਵੇ ਉਹੀ ਆਪਾਂ ਵਾਈਡਾਂ ਤੇ ਬੀਜਣ ਵਾਲੀ ਗੱਲਬਾਤ ਹੋ ਜਾਂਦੀ ਹੈ ਜਦੋਂ ਆਪਾਂ ਨਾਲ ਵਾਲਾ ਊਰਾ ਹੁੰਦਾ ਜਾਂ ਖੁੱਡ ਹੁੰਦਾ ਹੈ ਤੇ ਉਹਦੇ ਤੇ ਪਾਣੀ ਸੇਮ ਨਾਲ ਚੜਦਾ ਜਦੋਂ ਆਪਾਂ ਸਹੀ ਪਾਣੀ ਲਾਉਨੇ ਆ ਫਲੱਡ ਸਿੰਚਾਈ ਕਰਦੇ ਆ ਤੇ ਉਥੇ ਬੱਲੀਆਂ ਦੀ ਜਿਹੜੀ ਲੰਬਾਈ ਆ ਮਟਾਈ ਆ ਜਿਹੜੀ ਉਹ ਦੇਖਣਯੋਗ ਹੁੰਦੀ ਹੈ ਉਹਦਾ ਕਾਰਨ ਵੀ ਇਹੀ ਹੁੰਦਾ ਕਿ ਸੰਭਿਰ ਇੱਕ ਤਾਂ ਉਹਨੂੰ ਹਵਾ ਪਾਉਣ ਪਾਣੀ ਆ ਜਿਹੜਾ ਉਹ ਇੱਕ ਪਾਸੇ ਤੋਂ ਜ਼ਿਆਦਾ ਲੱਗ ਰਿਹਾ ਹੁੰਦਾ ਹੈ ਤੇ ਦੂਸਰਾ ਨੰਬਰ ਉਹਨੂੰ ਪਾਣੀ ਸਹੀ ਢੰਗ ਨਾਲ ਲੱਗ ਰਿਹਾ ਹੁੰਦਾ। ਇਹੀ ਹਾਲਾਤ ਹੁੰਦੇ ਨੇ ਬੈਡਾਂ ਤੇ ਵੀਜੀ ਕਣਕ ਦੇ। ਉੱਥੇ ਵੀ ਵਿਚਾਲ ਦੀ ਜਗ੍ਹਾ ਰਹਿ ਜਾਂਦੀ ਹੈ। ਇਹਦੇ ਕਰਕੇ ਵੀ ਜਿਹੜੀ ਉਹ ਆਪਾਂ ਨੂੰ ਬੱਲੀਆਂ ਨਹੀਂ ਹੈ ਉਹ ਦੇਖਣਯੋਗ ਹੁੰਦੀਆਂ ਨੇ ਤੇ ਅੱਗੇ ਹੁਣ ਗੱਲਬਾਤ ਕਰਦੇ ਹਾਂ ਕਿਸਾਨ ਵੀਰੋ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਕਿੰਨੀਆਂ ਕੁ ਢੰਡੀਆਂ ਤੇ ਆਪਾਂ ਜਿਵੇਂ ਇੱਕ ਗੱਲਬਾਤ ਕੀਤੀ ਕਿੰਨਾ ਕੁ ਝਾੜ ਨਿਕਲੇਗਾ। ਜੇ ਤਾਂ ਕਿਸਾਨ ਵੀਰੋ 2-3 ਗੱਲਾਂ ਮੈਟਰ ਕਰਦੇ ਨੇ ਇਹ ਚੀਜ਼ ਨੂੰ ਤੁਸੀਂ ਪੱਲੇ ਬਣ ਸਕਦੇ ਹੋ ਆਪਣੇ। ਜੇਕਰ ਤੁਸੀਂ ਨੇ ਬੀਜ 35 ਕਿਲੋ ਪਾਇਆ ਤੁਹਾਡੇ ਢੰਡੀਆਂ ਦੀ ਉਹ 22 ਤੋਂ ਲਾ ਕੇ 24 26 ਤੱਕ ਹੈਗੀ ਹੈ ਤੁਹਾਡੀ ਕਣਕ ਦੀ ਕੋਈ ਵੀ ਵੈਰੈਟੀ ਆ ਵੈਸੇ ਕੁਝ ਕੁ ਵੈਰੈਟੀਆਂ ਹੋ ਸਕਦਾ ਇਸ ਤੋਂ ਥੱਲੇ ਚਲੇ ਜਾਂਦੇ ਨੇ ਆਮ ਐਵਰੇਜ ਜਿਹੜੀਆਂ ਚੱਲ ਚ ਵੈਰੈਟੀਆਂ ਚੱਲ ਰਹੀਆਂ ਨੇ ਜੇਕਰ 22 24 26 ਅੰਡਰ 22 ਤੇ 26 ਜੇਕਰ ਇੰਨੀ ਕੁ ਹੁੰਦੀ ਆ 35 ਕਿਲੋ ਬੀਜ ਪਾ ਕੇ ਤੁਹਾਡੇ ਹੈਗੀਆਂ ਨੇ ਤਾਂ ਤੁਸੀਂ ਉਹ ਤੋਂ 22 ਕੁ ਮੰਟਲ 22 ਤੋਂ 24 ਕੁ ਮੰਟਲ ਦੀ ਆਸ ਕਰ ਸਕਦੇ ਆ ਤੇ ਜੇ ਕਿਤੇ ਬੀਜ ਹੀ 45 ਕਿਲੋ ਪਾਇਆ ਤੇ ਆਪਾਂ ਨੇ 45 ਕਿਲੋ ਬੀਜ ਪਾ ਕੇ ਤੇ ਫਿਰ ਆਪਣੀ ਕੁੰਡੀਆਂ ਦੀ ਗਿਣਤੀ 20 ਕਰਾਈ ਜਾਂਦੀ ਹੈ ਕਹਿਣ ਦਾ ਭਾਵ 18 ਤੋਂ 22 ਦੇ ਵਿੱਚ ਰਹਿੰਦੀ ਹੈ ਜੇ ਐਵਰੇਜ ਸਾਰੇ ਖੇਤ ਦੀ ਗੱਲ ਨਹੀਂ ਹੋ ਰਹੀ ਵਿੱਚ 15 ਕਿ ਵੀ ਰਹਿ ਸਕਦੇ ਨੇ ਵੱਧ ਘੱਟ ਵੀ ਤੁਸੀਂ 10 ਜਾਂ 20 ਕੋ ਬੱਲੀਆਂ ਫੜ ਕੇ ਉਹਨਾਂ ਨੂੰ ਗਿਣਤੀ ਕਰਕੇ ਉਸ ਤੋਂ ਬਾਅਦ ਆਪਣੇ ਅੰਕੜੇ ਕੱਢ ਸਕਦੇ ਹੋਗੇ ਕਿਉਂਕਿ ਜਿੰਨਿਆਂ ਦੀ ਵੱੱਧ ਦੀ ਗਿਣਤੀ ਆਊਗੀ ਕੋਈ ਜੀ ਤੁਸੀਂ ਉਹਨਾਂ ਨੂੰ ਆਪਣੇ ਮੰਨ ਕੇ ਚੱਲਣਾ ਵੀ ਇੰਨੀਆਂ ਕਹੇਗੀ ਜੇਕਰ 18 ਤੋਂ ਲਾ ਕੇ 22 ਨਿਕਲਦੀਆਂ ਨਹੀਂ ਗਈਆਂ ਕੁੰਡੀਆਂ ਤਾਂ ਵੀ ਤੁਸੀਂ ਇੰਨੇ ਕ ਝਾੜ ਦੀ ਆਸ 22 24 ਮੀਟਰ ਦੀ ਕਰ ਸਕਦੇ ਹੋਗੇ ਉਸ ਤੋਂ ਬਾਅਦ ਆ ਜਾਂਦੇ ਨੇ ਅਗਲੇ ਕਿਸਾਨ ਵੀਰੋ ਜਿਹੜੇ ਬੀਜ 55 ਕਿਲੋ ਦੇ ਲਗਭਗ ਪਾ ਦਿੰਦੇ ਨੇ ਪੰਜ ਸਾਲ ਇਹਨਾਂ ਦੇ ਵਿੱਚ ਕੀ ਹੁੰਦਾਗਾ ਜੇਕਰ 55 ਕਿਲੋ ਵੀ ਏਵਰੇਜ ਬੀਜ ਪਾਇਆਗਾ ਵੀਡੀਓ ਦੇ ਨਾਲ ਬਨੇ ਰਹੋ ਅੱਗੇ ਇਹ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਬੀਜ ਪਾ ਕੇ ਤੇ ਜ਼ਮੀਨ ਦੀ ਵੀ ਗੱਲਬਾਤ ਕਰਦੇ ਆਪਾਂ ਬਨੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅੱਧੀ ਅਧੂਰੀ ਵੀਡੀਓ ਦੇਖ ਕੇ ਕਦੇ ਵੀ ਆਪਾਂ ਸਮਝ ਨਹੀਂ ਸਕਦੇ ਇਸ ਗੱਲ ਨੂੰ ਇਹ ਜੋ ਗੱਲ ਆਪਾਂ ਹੁਣ ਕਰ ਰਹੇ ਆਂ ਵੀਡੀਓ ਦੇ ਵਿੱਚ ਇਹ ਆਪਣੇ ਪਿਛਲੇ ਕਈ ਸਾਲਾਂ ਦੇ ਆਪਾਂ ਤਜਰਬੇ ਜੋ ਨਿਕਲ ਕੇ ਆਈ ਗੱਲਬਾਤ ਹੈ ਜੀ ਕਿਉਂਕਿ ਅਕਸਰੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਹੁੰਡੀਆਂ ਕੰਨੀਆਂ ਸ਼ੁਰੂ ਕਰ ਦਿੰਦੇ ਨੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਹੁੰਡੀਆਂ ਦੇ ਵਿੱਚ ਉਨੀ ਕ ਐਵਰੇਜ ਨਿਕਲਵੇ ਕਿਉਂਕਿ ਬੀਜ ਤੇ ਵੀ ਡਿਪੈਂਡ ਕਰਦਾ ਜੇਕਰ ਚਲੋ 55 ਕਿਲੋ ਬੀਜ ਦੀ 16 ਤੋਂ 20 ਹੁੰਡੀਆਂ ਕਹਿੰਦਾ ਆਪਾਂ 16 ਜਾਂ 18 ਜਾਂ 20 ਹੁੰਡੀਆਂ ਹੁੰਦੀਆਂ ਨੇ ਜਾਂ 20 ਤੇ 20 ਹੁੰਡੀਆਂ ਤਾਂ ਫਿਰ ਆਪਾਂ 22 ਤੋਂ 24 ਮੰਥਲ ਦੀ ਇਹਦੀ ਵੀ ਆਸ ਕਰ ਸਕਦੇ ਆ ਕਹਿੰਦਾ ਆਪਾਂ ਜੇਕਰ 18 ਤੋਂ ਹੁੰਡੀਆਂ ਦੀ ਐਵਰੇਜ ਪੈਂਦੀ ਆ ਤਾਂ ਵੀ ਤੁਹਾਡੇ 55 ਤੋਂ 60 ਮਨ ਤੱਕ ਦਾ ਝਾੜਾ ਜਿਹੜਾ ਪਰ ਇਕੜ ਦਾ ਨਿਕਲ ਸਕਦਾ। ਅਸਲ ਸਚਾਈ ਇਹੀ ਹੈ ਕਿ ਸਾਨੂੰ ਵੀਰੋਂ 65 ਜਾਂ 70 ਮਨ ਵਾਲੇ ਸਾਰੇ ਖੇਤ ਨਹੀਂ ਹੁੰਦੇ। ਕੁਝ ਕੁ ਖੇਤਾਂ ਦੇ ਵਿੱਚ ਅਜਿਹੇ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ। ਇਹ ਤਾਂ ਹੋ ਗਈ ਬੀਜ ਦੀ ਗੱਲ। ਹੁਣ ਬੀਜ ਕੱਲਾ ਬੀਜ ਦੇਣਾ ਵੀ ਆਪਾਂ ਕਹਿੰਦੀ ਇਹ ਸਹੀ ਨਹੀਂ ਹੁੰਦਾ। ਉਸ ਤੋਂ ਬਾਅਦ 35 ਕਿਲੋ ਜਾਂ 45 ਜਾਂ 55 ਕਿਲੋ ਬੀਜ ਪਾ ਕੇ ਆਪਾਂ ਇਹ ਵੀ ਦੇਖਣਾ ਹੁੰਦਾ ਕਿ ਆਪਣਾ ਜਿਹੜਾ ਖੇਤ ਆ ਉਹ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਬੀਜ ਦਿਓ ਹੈਪੀ ਸੀਡਰ ਸੁਪਰ ਸੀਡਰ ਪਾ ਕੇ ਬੀਜ ਦਿਓ ਜ਼ੀਰੋ ਗ੍ਰੇਨ ਨਾਲ ਬੀਜ ਦਿਓ ਰੋਟਾ ਵੇ ਜਾ ਸਰਫੇ ਸੀ ਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਵੀ ਤੇ ਮਲਚ ਨਾਲ ਬੀਜੋ ਤਾਂ ਫਿਰ ਉਹ ਇਹ ਦੇਖਣਾ ਕਿ ਉਹਨੇ ਜਰਮੀਨੇਟ ਕਿੰਨਾ ਕੀਤਾ ਕਿ ਕਿੰਨੇ ਕੁ ਪਰਸੈਂਟ ਆਪਣਾ ਬੀਜ ਹੈ ਜਿਹੜਾ ਉਹ ਉੱਗ ਰਿਹਾ ਹੈ ਜਿਵੇਂ ਕਿ ਹੁਣ ਬਾਕੀ ਤਾਂ ਬਹੁਤ سارے ਕਿਸਾਨ ਵੀਰ ਚੰਗੇ ਤਰੀਕੇ ਨਾਲ ਨਹੀਂ ਬੰਦਾ ਜਦੋਂ ਖੇਤ ਆਪਣਾ ਜਾਂ ਕਈ ਖੇਤ ਪਾਰ ਰੱਖਦੇ ਹੁੰਦੇ ਨੇ ਬਹੁਤ ਸਾਰੇ ਪਾਰ ਰੱਖਣ ਦਾ ਮਤਲਬ ਬਹੁਤ ਸਾਰੇ ਕਿਸਾਨ ਵੀਰ ਜਾਣਦੇ ਹੋਣੇ ਕਿ 45 ਕਿਲੋ ਬੀਜ ਪਾਇਆ 40 ਹਰਾ ਹੁੰਦਾ ਕਈ ਖੇਤਾਂ ਦੇ ਵਿੱਚ 45 ਦਾ 45 ਹਰਾ ਹੋਣ ਦੇ ਲਗਭਗ ਪਹੁੰਚ ਜਾਂਦਾ ਕਹਿੰਦਾ 5 ਕਿਲੋ ਤੋਂ 2 ਕਿਲੋ ਦਾ ਪਾਰ ਰੱਖਦਾ ਜੇਕਰ ਜਿਹੜੇ ਖੇਤਾਂ ਵਿੱਚ 7 ਕਿਲੋ ਦਾ ਭਾਰ ਰੱਖ ਜਾਂਦੇ ਨੇ ਉਹਨਾਂ ਖੇਤਾਂ ਦੇ ਵਿੱਚ ਇਹ ਚੀਜ਼ਾਂ ਕਈ ਵਾਰੀ ਨਹੀਂ ਢੁੱਕਦੀਆਂ ਇਹ ਜ਼ਰੂਰ ਤੇ ਆਖੋ ਆਪਣਾ ਖੇਤ ਦੇਖੋ ਰੇਸ ਲਗਾ ਜਿਆਦਾ ਡੱਕ ਰਾ ਠੰਡਾ ਖੇਤ ਆ ਤਾਂ ਫਿਰ ਉੱਥੇ ਭਾਰ ਥੋੜਾ ਜਿਆਦਾ ਰੱਖਣ ਦੀ ਜਿਹੜੀ ਨੌਬਤ ਆਉਂਦੀ ਰਹਿੰਦੀ ਹੈਗੀ ਅੱਗੇ ਗੱਲਬਾਤ ਆ ਜਾਂਦੀ ਹੈ ਕਿਸਾਨ ਵੀਰੋਂ ਕਿਸੇਤੀਆਂ ਦੀ ਜਿਵੇਂ ਕਿ HD 2852 ਇਹਦੀਆਂ ਤੁਸੀਂ ਘੁੰਡੀਆਂ 14 ਤੋਂ 16 ਕਿਲੋ ਦੇ ਲਗਭਗ ਜੇਕਰ ਇੰਨੀਆਂ ਤੋਂ ਘੁੰਡੀਆਂ ਬਣਦੀਆਂ ਨੇ ਤੇ ਤੁਸੀਂ 76 ਕਿਲੋ ਬੀਜ ਪਾਇਆਗਾ ਤਾਂ ਇਹਦਾ ਝਾੜ ਵੀ ਇਹਨਾਂ ਦੀ एवरेज ਦੇ ਵਿੱਚ ਹੀ ਚਲਾ ਜਾਂਦਾ ਸਿਰਫ 14 ਕੋ ਕੁੰਡੀਆਂ ਜੇਕਰ ਤੁਹਾਡੀ ਬੱਲੀ ਤੇ 14 ਜਾਂ 15 ਕੁੰਡੀਆਂ ਤੁਹਾਡੀ ਬੱਲੀ ਤੇ ਤੁਹਾਨੂੰ ਮਿਲਦੀਆਂ ਨੇ ਐਵਰੇਜ ਹੀ ਪੈਂਦੀ ਆ ਤਾਂ ਫਿਰ ਇਹਦਾ ਝਾੜ ਇੱਥੇ ਜੇ ਚਲਾ ਜਾਂਦਾ 22 ਤੋਂ 24 ਕਹਿਣ ਦਾ ਪਾਪਾ ਉਹਨਾਂ ਦੇ ਨਾਲ ਭੇੜਦੀ ਜ਼ਰੂਰ ਪਰ ਤੁਹਾਨੂੰ ਬੱਲੀ ਦੇ ਵਿੱਚ ਬੱਲੀ ਦੀ ਲੰਬਾਈ ਘੱਟ ਦਿਖੂ ਤੇ ਚੜਾਈ ਵੀ ਥੋੜੀ ਜਿਹੀ ਘੱਟ ਦਿਖੂ ਤੇ ਕੁੰਡੀਆਂ ਕਹਿਣ ਦਾ ਪਾ ਘੱਟ ਦਿਖਣੀਆਂ ਫਿਰ ਇਹ ਝਾੜ ਕਿਵੇਂ ਦਿੰਦੀਆਂ ਨੇ ਕਾਰਨ ਕਿਉਂਕਿ ਨੰਬਰ ਆਫ ਪਲਾਂਟਸ ਵੱਧ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਸਾਣ ਵੀਰੋ ਆਪਾਂ ਨੇ ਕਿਸ ਤਰੀਕੇ ਦੀ ਉਹਦੀ ਸੇਵਾ ਕੀਤੀ ਆ ਕਿੰਨਾ ਕ ਆਪਾਂ ਨੇ ਉਹਨੂੰ ਟਾਈਮ ਤੇ ਪਾਣੀ ਦਾ ਸਹੀ ਰੰਗ ਦੇ ਨਾਲ ਆਪਾਂ ਨੇ ਉਹਦੀ ਕਹਿੰਦਾ ਆਪਾਂ ਦੇਖਭਾਲ ਕੀਤੀ ਆ ਦੇਖ ਰੇਖ ਦੇ ਵਿੱਚ ਆਪਣੀ ਦੇ ਭਲੀ ਜ ਸਹੀ ਢੰਗ ਦੇ ਨਾਲ ਉਹ ਡਿਪੈਂਡ ਕਰਦੀ ਆ ਸਾਰਿਆਂ ਤੋਂ ਵੱਡੀ ਗੱਲ ਕਈ ਕਿਸਾਨ ਵੀਰ ਕਹਿੰਦੇ ਨੇ ਕਿ ਯਾਰ ਵੀਡੀਓ ਲੰਬੀ ਹੁੰਦੀ ਥੋੜੀ ਸ਼ਾਰਟ ਰੱਖਿਆ ਕਰੋ ਸੋ ਮਾਫੀ ਚਾਹੁੰਦੇ ਆ ਤੁਹਾਨੂੰ ਪ੍ਰਭੂ ਕਿਉਂਕਿ ਗੱਲਾਂ ਜਦੋਂ ਪ੍ਰੋਪਰ ਢੰਗ ਨਾਲ ਕਰਨੀਆਂ ਨੇ ਤਾਂ 5-10 ਮਿੰਟ ਲੱਗ ਜਾਂਦੇ ਨੇਗੇ ਤੋ ਉਹਦੇ ਵਾਸਤੇ ਮਾਫੀ ਜੀ ਉਹਨਾਂ ਤੁਸੀਂ ਥੋੜੀ ਤੇਜ਼ ਕਰਕੇ ਵੀਡੀਓ ਦੇਖ ਲਿਆ ਕਰੋ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਕਣਕ ਤੋਂ ਵੱਧ ਤੋਂ ਵੱਧ ਝਾੜ ਲੈਣ ਦਾ ਲਾਸਟ ਹਥਿਆਰ ਕੀ ਹੈਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ